ਪੰਜਾਬੀ ਅਕਾਦਮੀ ਦਿੱਲੀ ਵੱਲੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 305ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 5 ਤੋਂ 7 ਮਈ ਤੱਕ ਸ਼ਾਮ 7 ਵਜੇ ਸੁਰਤਾਲ ਤਾਲ ਕੋਟਰਾ ਗਾਰਡਨ ਨਵੀਂ ਦਿੱਲੀ ਵਿਖੇ ਗੁਰਬਾਣੀ ਸੰਗਤ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਬੀਬੀ ਆਸ਼ੂਪ੍ਰੀਤ ਕੌਰ ਜਲੰਧਰ, ਡਾਕਟਰ ਗੁਰਨਾਮ ਸਿੰਘ ਪਟਿਆਲਾ, ਉਸਤਾਦ ਨੱਥੂ ਖਾਨ ਅਤੇ ਬਾਬੂ ਖਾਨ, ਸੁਸ਼੍ਰੀ ਸਾਧਨੀ ਮੁਗਦਲ ਦਿੱਲੀ, ਉਸਤਾਦ ਲੱਖਾ ਖਾਨ ਅਤੇ ਦਾਨੇ ਖਾਨ ਰਾਜਸਥਾਨ, ਨਾਮਧਾਰੀ ਸੁਖਦੇਵ ਸਿੰਘ ਜੀ ਅਤੇ ਸੰਤਾ ਸਿੰਘ ਦਿੱਲੀ, ਪ੍ਰਿੰਸੀਪਲ ਸੁਖਵੰਤ ਸਿੰਘ ਚੰਡਿਆਲਾ ਗੁਰੂ ਅੰਮ੍ਰਿਤਸਰ, ਪੰਡਿਤ ਰਿਤਿਕ ਸਾਨੀਆਲ ਵਾਰਾਨਸੀ, ਵਿਦੋਸ਼ੀ ਮਿਤਾ ਪੰਡਿਤ ਦਿੱਲੀ ਅਤੇ ਹੋਰ ਵੀ ਸੰਗੀਤਕਾਰ ਆਪਣੀ ਕਲਾ ਦੇ ਜ਼ੋਹਰ ਵਿਖਾਉਣਗੇ। ਵਾਈਸ ਚੇਅਰਮੈਨ ਸਰਦਾਰ ਜਰਨੈਲ ਸਿੰਘ ਤਿਲਕ ਨਗਰ ਅਤੇ ਸੈਕਟਰੀ ਸਰਦਾਰ ਗੁਰਭੇਜ ਸਿੰਘ ਗੁਰਾਇਆ ਵੱਲੋਂ ਆਪ ਸਭ ਨੂੰ ਗੁਰਬਾਣੀ ਸੰਗੀਤ ਦਾ ਹਿੱਸਾ ਬਣਨ ਦੇ ਲਈ ਹਾਰਦਿਕ ਸੱਦਾ।